ਬੱਚਾ ਆਉਂਦਾ ਜੀ ਮੈਨੂੰ ਕਹਿ ਦਿੰਦਾ ਕਿ ਕੱਢ ਕੇ ਦਿਓ ਕੌਲ ਫੁੱਲ ਤਾਂ ਮੈਂ ਉਹਨੂੰ ਦੇ ਦੇਣਾ ਸੀ। ਅੱਜ ਕੀ ਹੋਇਆ ਜੀ ਇਹਦੀ ਕੀਮਤ ਕਿਵੇਂ ਵਧੀ? ਜਿਹੜੇ ਦੋ ਖਰੀਦਦਾਰ ਆਏ ਸਨ ਉਹਨੇ ਕਿਹਾ ਕਿ ਲਾਗਲੇ ਪਿੰਡ ਗੌਤਮ ਸਿਧਾਰਥ ਆਏ ਨੇ, ਉਹਨਾਂ ਨੂੰ ਕੰਵਲ ਦਾ ਫੁੱਲ ਪਸੰਦ ਹੈ, ਉਹਨਾਂ ਦਾ ਫਲਸਫਾ ਕੰਵਲ ਦੇ ਫੁੱਲ ਵਰਗਾ ਫਲਸਫਾ ਹੈ, ਅਸੀਂ ਉਹਨਾਂ ਦੇ ਚਰਨਾਂ 'ਚ ਰੱਖਣਾ। ਗਰੀਬ ਭੀਲ ਕਹਿੰਦਾ ਮੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਸੀ, ਜਾਹਲ ਆਦਮੀ ਨੂੰ ਕੌਣ ਦੱਸਦਾ ਵੱਡਾ ਕਿੱਥੇ ਆਇਆ ਕਿੱਥੇ ਨਹੀਂ। ਜੇ ਇਹ ਗੱਲ ਹੈ ਉਹਨਾਂ ਦੇ ਚਰਨਾਂ 'ਚ ਭੇਟ ਕਰਨਾ ਤਾਂ ਮੈਂ ਕਰਾਂਗਾ, ਨਾ ਇਹਦੀ ਕੀਮਤ 51 ਮੋਹਰਾਂ ਨਾ 5100। ਤੋ ਇਹ ਵਡੇਰਿਆਂ ਦੀਆਂ ਜਿਹੜੀਆਂ ਗੱਲਾਂ ਨੇ ਨਾ, ਇਹ ਨਾਂ ਬਦਲ ਬਦਲ ਕੇ ਥਾਂ ਬਦਲ ਬਦਲ ਕੇ ਸਾਡੇ ਅੱਗੇ ਆਈ ਜਾਂਦੀਆਂ ਨੇ ਅਤੇ ਕਈ ਭੇਦ ਖੋਲਦੀਆਂ ਨੇ। ਰਹੀ ਗੱਲ ਜਨਮ ਸਾਖੀ ਸ਼ਬਦ ਦੀ, ਪਿਆਰੇ ਵਿਦਿਆਰਥੀਓ, 10 ਗੁਰੂ ਸਾਹਿਬਾਨ ਹੋਏ ਆਪਣੇ, ਜਨਮ ਸਾਖੀ ਸ਼ਬਦ ਹੈ ਜਿਹੜਾ ਇਹ ਸਿਰਫ ਗੁਰੂ ਨਾਨਕ ਦੇਵ ਜੀ ਵਾਸਤੇ ਰਿਜ਼ਰਵ ਹੋਇਆ ਹੋਇਆ, ਦਸਮ ਪਾਤਸ਼ਾਹ ਵਾਸਤੇ ਨਹੀਂ ਹੈ। ਹਾਂ, ਇਕੱਲਾ ਸ਼ਬਦ ਸਾਖੀ ਹੈ ਜਿਹੜਾ ਉਹ ਇਤਿਹਾਸ ਵਾਸਤੇ ਅਸੀਂ ਵਰਤਦੇ ਰਹੇ ਹਾਂ। ਮੈਨੂੰ ਇਸ ਗੱਲ ਦਾ ਇਸ ਕਰਕੇ ਪਤਾ ਹੈ ਕਿ ਮੇਰੇ ਬਾਪੂ ਜੀ ਨੂੰ ਇਤਿਹਾਸ ਸ਼ਬਦ ਦਾ ਜਾਂ ਤਵਾਰੀਖ ਸ਼ਬਦ ਦਾ ਪਤਾ ਨਹੀਂ, ਕਦੀ ਕਦਾਈ ਬੈਠਿਆਂ ਬਿਠਾਇਆ ਮੈਨੂੰ ਉਹ ਕਹਿ ਦਿੰਦੇ ਅੱਜ ਬਾਬਾ ਬੰਦਾ ਸਿੰਘ ਦੀ ਸਾਖੀ ਸੁਣਾਓ। ਤੋ ਸਾਖੀ ਮੈਨੇ ਇਤਿਹਾਸ, ਸਾਖੀ ਮੈਨੇ ਉਹ ਘਟਨਾ ਜਿਹੜੀ ਕਿਸੇ ਨੇ ਅੱਖਾਂ ਨਾਲ ਦੇਖੀ ਅਤੇ ਫਿਰ ਕਿਸੇ ਨੂੰ ਦੱਸੀ। ਆਪਣੀਆਂ ਸਾਖੀਆਂ ਨੇ ਜਿਹੜੀਆਂ ਚਾਰ ਨੇ, ਚਾਰਾਂ ਸਾਖੀਆਂ 'ਚੋਂ ਕਿਹੜੀ ਵਧੀ ਹੈ, ਕਿਹੜੀ ਪ੍ਰਮਾਣਿਕ ਹੈ, ਕਿਹੜੇ 'ਚ ਕੀ ਨੁਕਸ ਨੇ, ਇਹ ਵੱਡੇ ਹੋ ਕੇ ਤੁਸੀਂ ਜਾਣੋਗੇ, ਹਾਲਾਂ ਆਪਾਂ ਨੂੰ ਇਹਦੀ ਲੋੜ ਨਹੀਂ। ਆਪਾਂ ਇਹਨਾਂ ਚਾਰਾਂ ਜਨਮ ਸਾਖੀਆਂ ਦੇ ਵਿੱਚੋਂ ਕੁਝ ਹਿੱਸੇ ਲਏ, ਉਹ ਚੀਜ਼ਾਂ ਜਿਹੜੀਆਂ ਗੁਰਮਤਿ ਦੇ ਅਨੁਕੂਲ ਨੇ, ਜਿਹੜੀਆਂ ਗੁਰਬਾਣੀ ਨੂੰ ਸਮਝਣ ਦੇ ਵਿੱਚ ਸਹਾਈ ਹੁੰਦੀਆਂ ਨੇ ਅਤੇ ਜਿਹੜੀਆਂ ਸਾਨੂੰ ਦੱਸਦੀਆਂ ਨੇ ਕਿ ਗੁਰੂ ਘਰ ਕਿਹੋ ਜਿਹਾ ਸੀ, ਉੱਥੇ ਸੰਵਾਦ ਕਿਹੋ ਜਿਹੇ ਹੁੰਦੇ ਸੀ, ਪ੍ਰੇਮ ਕਿਹੋ ਜਿਹਾ ਹੁੰਦਾ ਸੀ, ਪਿਤਾ ਦਾ ਗੁੱਸਾ ਕਿਹੋ ਜਿਹਾ ਸੀ, ਫਿਰ ਹਮਦਰਦ ਕੌਣ ਕੌਣ ਸਨ। ਇਹ ਸਾਰਾ ਕੁਝ ਫਰੇਮਵਰਕ ਹੈ ਜਿਹੜਾ ਇਹਨਾਂ ਜਨਮ ਸਾਖੀਆਂ ਦੇ ਵਿੱਚੋਂ ਆਪਾਂ ਨੂੰ ਹਾਸਲ ਹੋਇਆ। ਪਹਿਲੀ ਗੱਲ ਤਾਂ ਇਹ ਕਿ ਮੈਂ ਤੁਹਾਨੂੰ ਜਨਮ ਸਾਖੀਆਂ ਸੁਣਾਉਣ ਵਾਸਤੇ ਨਹੀਂ ਆਇਆ, ਜਿਹੜੀ ਜਨਮ ਸਾਖੀ ਤੁਸੀਂ ਸੁਣੀ ਹੋਈ ਹੈ ਉਹਦਾ ਜ਼ਿਕਰ ਕਰਕੇ ਮੈਂ ਉਹਦਾ ਬੈਕਗਰਾਊਂਡ ਦੱਸਾਂਗਾ ਕਿ ਹੋਰ ਕੀ ਹੋਇਆ ਇਹਦੇ ਨਾਲ। ਇੱਕ ਜਨਮ ਸਾਖੀ ਇਹ ਹੈ ਨਾ ਸਭ ਤੋਂ ਮੁੱਢਲੀਆਂ 'ਚੋਂ, ਵੀ ਜਦੋਂ ਪਿਤਾ ਨੇ ਇਹ ਦੇਖਿਆ ਕਿ ਜੀ ਨਾ ਪਾਂਧੇ ਤੋਂ ਪੜ੍ਹਦੇ ਨੇ ਨਾ ਮੌਲਵੀ ਤੋਂ ਪੜ੍ਹਦੇ ਨੇ, ਚਲੋ ਫਿਰ ਹੱਟੀ ਪਾ ਦਿੰਦੇ ਹਾਂ, ਚਲੋ ਮੱਝਾਂ ਚਾਰਨ ਲਾ ਦਿੰਦੇ ਹਾਂ, ਇਹ ਕਰ ਦਿੰਦੇ ਹਾਂ, ਕਈ ਐਕਸਪੈਰੀਮੈਂਟ ਕੀਤੇ ਨਾ ਪਿਤਾ ਨੇ। ਤਕਰੀਬਨ ਆਪਾਂ ਨੂੰ ਇਹ ਪਤਾ ਹੈ ਕਿ ਪਾਂਧਾ ਜਿਹੜਾ ਸ਼ਬਦ ਹੈ ਨਾ ਵਿਦਿਆਰਥੀ, ਉਹ ਇਹ ਸੰਸਕ੍ਰਿਤ ਦੇ ਉਪਾਧਿਆਏ ਤੋਂ ਬਣਿਆ। ਉਪਾਧਿਆਏ ਮੈਨੇ ਵਿਦਵਾਨ, ਉਪਾਧਿਆਏ ਮੈਨੇ ਪ੍ਰੋਫੈਸਰ ਲਾਓ ਤੁਸੀਂ। ਤੋ ਵਿਦਵਾਨ ਬ੍ਰਾਹਮਣ ਕੋਲ ਭੇਜੇ, ਤਕਰੀਬਨ ਮਹੀਨਾ ਕੁ ਉਹਨਾਂ ਕੋਲ ਪੜ੍ਹੇ, ਦੇਵਨਾਗਰੀ ਪੜ੍ਹਨੀ ਲਿਖਣੀ ਸਮਝਣੀ ਸਿੱਖੀ, ਕਹਿਣ ਲੱਗੇ ਹੋਰ ਨਹੀਂ ਪੜ੍ਹਨਾ। ਪਿਤਾ ਨੇ ਇਹ ਸਮਝਿਆ, ਸ਼ਰੀਕਾਂ ਨੇ ਇਹ ਸਮਝਿਆ ਕਿ ਪੜ੍ਹਨ ਦੀ ਰੁਚੀ ਨਹੀਂ, ਚਲੋ ਫਾਰਸੀ। ਉਹਨਾਂ ਦਿਨਾਂ ਦੇ ਵਿੱਚ ਦੁਨੀਆਦਾਰੀ ਵਾਸਤੇ ਦੋ ਹੀ ਜ਼ਬਾਨਾਂ ਸਿੱਖਣੀਆਂ ਲਾਜ਼ਮੀ ਸਨ, ਲੋਕਾਂ ਦੀ ਦੇਵਨਾਗਰੀ, ਸਰਕਾਰੀ ਪਰਸ਼ੀਅਨ। ਵਿਦਿਆਰਥੀ ਉਹ ਮੌਲਵੀ ਜੀ ਕੋਲ ਗਏ, ਮੌਲਵੀ ਕੋਲ ਦਾਖਲ ਕਰਾਏ। ਮਾਪੇ ਆਪਣੇ ਬੱਚਿਆਂ ਦੀ ਪੜ੍ਹਾਈ ਲਿਖਾਈ ਬਾਬਤ ਜਾਣਨ ਵਾਸਤੇ ਅਧਿਆਪਕਾਂ ਕੋਲ ਜਾਂਦੇ ਹੀ ਨੇ। ਜਦੋਂ ਮਾਪੇ ਆਪਣੇ ਬੱਚਿਆਂ ਬਾਰੇ ਪੁੱਛਣ ਲਈ ਮੌਲਵੀ ਕੋਲ ਜਾਂਦੇ ਤਾਂ ਉਹਨਾਂ ਦੇ ਬੱਚਿਆਂ ਬਾਰੇ ਤਾਂ ਮੌਲਵੀ ਜੀ ਦੱਸਦੇ ਹੀ, ਲੇਕਿਨ ਗੁਰੂ ਨਾਨਕ ਦੇਵ ਜੀ ਵੱਲ ਉਂਗਲ ਕਰਕੇ ਆਖਦੇ, ਯਾਰੋ ਗਜ਼ਬ ਦਾ ਹਾਫਿਜ਼ਾ ਹਾਈ ਇਸ ਤਾਲਬੇ ਇਲਮ ਦਾ, ਹਾਫਿਜ਼ਾ ਮੈਨੂੰ ਯਾਦਦਾਸ਼ਤ, ਤਾਲਬੇ ਇਲਮ ਵਿਦਿਆਰਥੀ, ਇਸ ਵਿਦਿਆਰਥੀ ਦੀ ਯਾਦਦਾਸ਼ਤ ਗਜ਼ਬ ਦੀ ਹੈ। ਗਰਦਾਨਾ ਮੈਨੇ ਵਿਆਕਰਣ ਦੇ ਨਿਯਮ, ਉਹ ਗਰਦਾਨਾ ਜਿਹੜੀਆਂ ਤਾਲਬੇ ਇਲਮ ਸਿੱਖਣ ਵਾਸਤੇ ਮਹੀਨੇ ਲਾ ਦਿੰਦੇ ਹਨ, ਇਹ ਦਿਨਾਂ ਵਿੱਚ ਸਿੱਖੀ ਜਾਂਦਾ ਹੈ। ਮੈਂ ਯੂਨੀਵਰਸਿਟੀ ਦਾ ਇੱਕ ਵਿਦਿਆਰਥੀ ਤੁਹਾਨੂੰ ਦਿਖਾ ਸਕਦਾ, ਬੀਟੈਕ ਕਰਦਾ ਸੀ ਫਾਈਨਲ, ਮੇਰੇ ਕੋਲ ਆਇਆ, ਕਹਿਣ ਲੱਗਾ ਅੰਕਲ ਨਾਸ਼ਰ ਨਕਵੀ ਉਰਦੂ ਪਰਸ਼ੀਅਨ ਡਿਪਾਰਟਮੈਂਟ ਦੇ, ਮੈਂ ਉਰਦੂ ਸਿੱਖਣੀ ਹੈ, ਮੈਨੂੰ ਉਹਨਾਂ ਕੋਲ ਲੈ ਚੱਲੋ। ਮੈਂ ਆਖਿਆ ਤੇਰੀ ਪੜ੍ਹਾਈ ਬਹੁਤ ਔਖੀ ਹੈ, ਪਹਿਲਾਂ ਤੂੰ ਬੀਟੈਕ ਕਰ ਲੈ ਫਿਰ ਕਰਾਂਗੇ ਕੰਮ। ਉਹ ਕਹਿੰਦਾ ਨਹੀਂ ਜੀ, ਸਾਰਾ ਦਿਨ ਥੋੜ੍ਹਾ ਫਿਜ਼ਿਕਸ ਕੈਮਿਸਟਰੀ ਕੰਪਿਊਟਰ ਸਿੱਖਣਾ ਹੁੰਦਾ, ਵਿੱਚ ਦੀ ਜਦੋਂ ਰਿਲੈਕਸ ਹੋਣਾ ਹੋਵੇ ਉਦੋਂ ਮੈਂ ਉਰਦੂ ਸਿੱਖ ਲਿਆ ਕਰਾਂਗਾ। ਬਜ਼ਿੱਦ ਸੀ ਉਹ, ਐਤਵਾਰ ਦਾ ਦਿਨ ਸੀ, ਮੈਂ ਘਰ ਲੈ ਗਿਆ ਉਹਨਾਂ ਦੇ, ਇਹ ਬੱਚਾ ਸਿੱਖਣਾ ਚਾਹੁੰਦਾ ਜੀ। ਡਾਕਟਰ ਨਾਸ਼ਰ ਨਕਵੀ ਨੇ ਕਾਇਦਾ ਦੇ ਦਿੱਤਾ, ਸੱਜੇ ਤੋਂ ਖੱਬੇ ਵੱਲ ਸੀ ਹਰਫੀ ਲਿਖਣੀ ਸਿਖਾ ਦਿੱਤੀ ਅਤੇ ਕਿਹਾ ਕਿ ਬੱਚੇ ਜਦੋਂ ਭੁਲਾਵੇਂ ਅੱਖਰਾਂ ਤੱਕ ਯਾਦ ਕਰ ਲਏ ਉਦੋਂ ਮੇਰੇ ਕੋਲ ਆ ਜੀ। ਉਹ ਬੈਠ ਗਿਆ ਜੀ, ਦੁਪਹਿਰ ਤੱਕ ਭੁਲਾਵੇਂ ਅੱਖਰ ਤੱਕ ਯਾਦ ਕਰ ਲਏ। ਦੁਪਹਿਰੇ ਗਿਆ, ਕਹਿੰਦਾ ਅੰਕਲ ਜੋੜਨੇ ਸਿਖਾਇਓ, ਜੋੜਨੇ ਸਿਖਾ ਦਿੱਤੇ, ਜੋੜਨੇ ਸਿੱਖ ਗਿਆ, ਸ਼ਾਮ ਨੂੰ ਉਰਦੂ ਅਖਬਾਰ ਦੀਆਂ ਸੁਰਖੀਆਂ ਪੜ੍ਹ ਕੇ ਸੁਣਾਇਆ। ਆਪਾਂ ਗੱਲਾਂ ਸ਼ੁਰੂ ਕੀਤੀਆਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ, ਆਪਣੇ ਬੱਚੇ ਇਹੋ ਜਿਹੇ ਹੈਗੇ ਕਈ ਜਿਹੜੇ ਸਵੇਰੇ ਸਿੱਖਣਾ ਸ਼ੁਰੂ ਕਰਕੇ ਸ਼ਾਮ ਨੂੰ ਸਿੱਖ ਜਾਂਦੇ ਨੇ। ਹੁਣ ਗੁਰੂ ਨਾਨਕ ਦੇਵ ਜੀ ਨੇ ਦੇਵਨਾਗਰੀ ਪੜ੍ਹਨੀ ਲਿਖਣੀ ਸਮਝਣੀ ਸਿੱਖ ਲਈ, ਇਹਦੇ ਤੋਂ ਬਾਅਦ ਪਾਂਧੇ ਨੇ ਕੀ ਸਿਖਾਉਣਾ ਸੀ? ਕਰਮਕਾਂਡ, ਉਹਦੀ ਲੋੜ ਨਹੀਂ ਸੀ, ਉਹ ਆਪ ਪੜ੍ਹਨਾ ਸੀ, ਆਪ ਜਾਣਨਾ ਸੀ। ਮੌਲਵੀ ਜੀ ਤੋਂ ਫਾਰਸੀ ਸਿੱਖ ਲਈ, ਪੜ੍ਹਨੀ ਲਿਖਣੀ ਸਮਝਣੀ, ਇਹਦੇ ਤੋਂ ਬਾਅਦ ਫਿਰ ਸ਼ਰ੍ਹਾ ਪੜ੍ਹਾਉਣੀ ਸੀ, ਸ਼ਰ੍ਹਾ ਪੜ੍ਹਨ ਦੀ ਲੋੜ ਨਹੀਂ ਸੀ। ਅੰਮ੍ਰਿਤ ਦੀ ਬੂੰਦ ਵਾਂਗ ਸੰਸਾਰ ਦੇ ਵਿੱਚ ਆਪਣਾ ਗਿਆਨ, ਆਪਣਾ ਐਕਸਪੀਰੀਅੰਸ ਲੈ ਕੇ ਜਾਣਾ ਸੀ ਮਹਾਰਾਜ ਨੇ। ਇਸ ਕਰਕੇ ਇਹ ਦੋਵੇਂ ਜ਼ਬਾਨਾਂ ਸਿੱਖੀਆਂ ਜਿਹਨਾਂ ਦੀ ਲੋੜ ਸੀ, ਲੇਕਿਨ ਇਹਨਾਂ ਨਾਲ ਸੰਬੰਧ ਸਾਹਿਤ ਹੈ ਜਿਹੜਾ, ਉਹਦੀ ਵਿਆਖਿਆ ਮੌਲਵੀ ਤੋਂ ਨਹੀਂ ਸਿੱਖਣੀ, ਉਹਦੀ ਵਿਆਖਿਆ ਪਾਂਧੇ ਤੋਂ ਨਹੀਂ ਸਿੱਖਣੀ।
ਪਹਿਲਾਂ ਤਾਂ ਮੈਸੇਜ ਇਹ। ਦੂਸਰੀ ਗੱਲ ਇਹ ਵਿਦਿਆਰਥੀ ਹੋ, ਮੈਂ ਪੜ੍ਹਿਆ ਜਦੋਂ, ਤੁਸੀਂ ਜਦੋਂ ਜਨਮ ਸਾਖੀਆਂ ਪੜ੍ਹੋਗੇ ਤੁਹਾਨੂੰ ਵੀ ਲੱਗਣਗੀਆਂ ਚੀਜ਼ਾਂ ਕਿ ਜਦੋਂ ਨੌਕਰੀ ਦਾ ਫੈਸਲਾ ਹੋਇਆ ਨਾ ਕਿ ਨੌਕਰੀ ਕਰਨੀ ਹੈ, ਖਤ ਲਿਖਿਆ ਰਾਏ ਬੁਲਾਰ ਖਾਨ ਸਾਹਿਬ ਨੇ ਦੌਲਤ ਖਾਨ ਨਵਾਬ ਨੂੰ ਅਤੇ ਗੁਰੂ ਨਾਨਕ ਦੇਵ ਜੀ ਨੂੰ ਅਸੀਸ ਦੇ ਕੇ ਭੇਜਿਆ ਕਿ ਜਾਓ ਮੈਂ ਗੱਲ ਕੀਤੀ ਹੋਈ ਹੈ ਨੌਕਰੀ ਵਾਸਤੇ, ਸੁਲਤਾਨਪੁਰ ਜਾਓ। ਬੱਚਿਓ ਇੰਟਰਵਿਊ ਹੋਈ ਮਹਾਰਾਜ ਦੀ, ਨਵਾਬ ਨੇ ਪੁੱਛਿਆ ਕੀ ਤਾਲੀਮ ਹਾਸਲ ਕੀਤੀ ਹੈ ਜੀ? ਬਾਬੇ ਕਹਿਆ ਜੀ ਹਿੰਦ ਕੀ ਜਾਣਦਾ ਹਾਂ, ਤੋਰ ਕੀ ਜਾਣਦਾ ਹਾਂ, ਵਹੀ ਖਾਤੇ ਦਾ ਸਾਰਾ ਗਿਆਨ ਹੈ। ਹਿੰਦ ਕੀ ਦੇਵਨਾਗਰੀ, ਤੋਰ ਕੀ ਪਰਸ਼ੀਅਨ, ਵਹੀ ਖਾਤਾ ਅਕਾਊਂਟੈਂਸੀ। ਤੋ ਨੌਕਰੀ ਮਿਲੀ ਆਪਾਂ ਜਾਣਦੇ ਹਾਂ, ਲੇਕਿਨ ਨੌਕਰੀ ਮਿਲਣ ਤੋਂ ਬਾਅਦ ਕੁਛ ਘਟਨਾਵਾਂ ਹੋਈਆਂ। ਸਾਖੀ ਹੈ ਆਪਣੀ 13-13 ਦੀ, ਸ਼ਿਕਾਇਤ ਹੋਈ, ਪੜਤਾਲ ਹੋਈ, ਸਸਪੈਂਸ਼ਨ ਹੋਈ। ਜਦੋਂ ਨਕਾਰੀ ਚੱਲ ਰਹੀ ਸੀ ਬੇਬੇ ਨਾਨਕੀ ਜੀ ਨੇ ਖਬਰਾਂ ਪੜਦੀਆਂ ਸੀ, ਸੁਨੇਹਾ ਭੇਜਿਆ ਕਿ ਮਿਲ ਕੇ ਜਾਓ। ਹੁਣ ਦੇਖੋ ਇੱਕ ਪਾਸੇ ਰੂਹਾਨੀਅਤ ਦਾ ਵੱਡਾ ਸਾਗਰ, ਦੂਸਰੇ ਪਾਸੇ ਜਿਹੜੇ ਦੁਨੀਆਦਾਰੀ ਦੇ ਫਰਜ਼ ਨੇ ਉਹ ਵੀ ਨਾਲ ਨਾਲ ਨਿਭਾਉਂਦੇ ਜਾ ਰਹੇ ਨੇ। ਮੈਨੂੰ ਜਨਮ ਸਾਖੀਆਂ ਦੇ ਵਿੱਚੋਂ ਇਸ ਕਰਕੇ ਗੱਲਾਂ ਚੰਗੀਆਂ ਲੱਗੀਆਂ ਕਿ ਗੁਰੂ ਨਾਨਕ ਦੇਵ ਜੀ ਦੁਨੀਆਦਾਰੀ ਤੋਂ ਉਸ ਤਰ੍ਹਾਂ ਵੱਖ ਨਹੀਂ ਹੋਏ ਜਿਵੇਂ ਨਾਥ ਯੋਗੀ ਡਾਕਟਰ ਸਾਹਿਬ ਨੇ ਦੱਸਿਆ ਆਪਾਂ ਨੂੰ ਵੱਖ ਹੋਏ। ਉਹ ਜ਼ਿੰਮੇਵਾਰੀਆਂ ਘਰ ਦੀਆਂ ਵੀ ਨਿਭਾ ਰਹੇ ਨੇ ਅਤੇ ਇਹਨਾਂ ਜ਼ਿੰਮੇਵਾਰੀਆਂ ਤੋਂ ਪਾਰ ਵੀ ਜਾ ਰਹੇ ਨੇ। ਇਹ ਸਾਰਾ ਸਿਲਸਿਲਾ ਨਾਲੋਂ ਨਾਲ ਚੱਲ ਰਿਹਾ। ਜਦੋਂ ਭੈਣ ਦਾ ਸੁਨੇਹਾ ਮਿਲਿਆ ਕਿ ਸੱਦਾ ਆਇਆ ਹੈ ਤਾਂ ਮਿਲਣ ਵਾਸਤੇ ਤੁਰਿਆ। ਰਸਤੇ ਵਿੱਚ ਹੱਟੀ ਆਈ ਤਾਂ ਖਿਆਲ ਆਇਆ ਕਿ ਭੈਣ ਦੇ ਘਰ ਚੱਲਿਆ ਹਾਂ, ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਝੋਲੀ ਵਿੱਚ ਪਤਾਸੇ ਪੁਆਏ ਅਤੇ ਤੁਰ ਪਏ। ਇਹ ਜਿਹੜਾ ਵਾਕ ਹੈ ਨਾ, ਝੋਲੀ ਵਿੱਚ ਪਤਾਸੇ ਪੁਆਏ, ਭੂਸ਼ਣ ਧਿਆਨਪੁਰੀ ਮੇਰੇ ਕੋਲ ਬੈਠੇ ਸਨ, ਰੋਪੜ ਦੇ ਪ੍ਰੋਫੈਸਰ ਸਨ, ਬਹੁਤ ਸੋਹਣੇ ਸ਼ਾਇਰ ਸਨ, ਜ਼ਹੀਨ ਬੁੱਧੀ ਵਾਲੇ। ਮੈਂ ਕਿਹਾ ਜੀ ਭੂਸ਼ਣ ਜੀ, ਅਸੀਂ ਜਦੋਂ ਨਿੱਕੇ ਹੁੰਦੇ ਸੀ ਦਾਣੇ ਭਨਾਉਣ ਜਾਂਦੇ ਤਾਂ ਅਸੀਂ ਆਪਣੀ ਝੋਲੀ 'ਚ ਦਾਣੇ ਪਵਾਉਂਦੇ ਹੁੰਦੇ, ਮਤਲਬ ਮਹਾਰਾਜ ਨੇ ਪਤਾਸੇ ਇਸ ਤਰ੍ਹਾਂ ਆਪਣੀ ਝੋਲੀ 'ਚ ਪਵਾਏ ਹੋਣਗੇ? ਉਹ ਕਹਿੰਦੇ ਨਹੀਂ ਨਹੀਂ ਇਉਂ ਨਹੀਂ ਹੁੰਦਾ, ਜਿਹੜਾ ਮੋਢੇ 'ਤੇ ਰੱਖਿਆ ਹੁੰਦਾ ਨਾ ਪਰਨਾ ਆਪਾਂ, ਉਹਦਾ ਪੱਲਾ ਜਿਹੜਾ ਉਹਨੂੰ ਵੀ ਝੋਲੀ ਆਖਦੇ ਨੇ। ਮਾਵਾਂ ਆਪਣੀ ਚੁੰਨੀ ਦੀ ਝੋਲੀ ਅੱਡ ਕੇ ਰੱਬ ਅੱਗੇ ਆਪਣੇ ਬੱਚਿਆਂ ਦੀ ਸਲਾਮਤੀ ਮੰਗਦੀਆਂ ਨੇ। ਸੋ ਝੋਲੀ ਕੱਪੜੇ ਦਾ ਉਹ ਪਾਸਾ ਜਿਹਦੇ 'ਚ ਆਪਾਂ ਕੋਈ ਚੀਜ਼ ਪਾ ਲਈਏ। ਘਰ ਪਹੁੰਚੇ, ਮੱਥਾ ਟੇਕਿਆ। ਬੇਬੇ ਜਿਹੜਾ ਸ਼ਬਦ ਹੈ ਨਾ ਬੱਚਿਓ, ਇਹ ਵੱਡੀ ਭੈਣ ਵਾਸਤੇ ਵਰਤਿਆ ਜਾਂਦਾ। ਮੇਰੇ ਨਾਨਕੇ ਹਰਿਆਣੇ 'ਚ ਨੇ, ਮੇਰੀ ਬੇਬੇ ਜੀ ਕਿਉਂਕਿ ਮੇਰੇ ਮਾਮਿਆਂ ਤੋਂ ਵੱਡੇ ਨੇ, ਇਸ ਕਰਕੇ ਮੇਰੇ ਦੋਵੇਂ ਮਾਮੇ ਮੇਰੀ ਮਾਂ ਨੂੰ ਬੇਬੇ ਕਹਿ ਕੇ ਬੁਲਾਉਂਦੇ ਨੇ। ਇਹ ਰਿਵਾਜ਼ ਮਾਲਵੇ 'ਚ ਅਤੇ ਹਰਿਆਣੇ 'ਚ ਹੁਣ ਤੱਕ ਹੈ। ਤੋ ਜਦੋਂ ਬੈਠੇ ਬੇਬੇ ਨਾਨਕੀ ਪੁੱਛਿਆ ਕਿੰਨੇ ਕਿੰਨੇ ਹਫ਼ਤੇ ਬੀਤ ਜਾਂਦੇ ਹਨ, ਕਿੰਨੇ ਕਿੰਨੇ ਦਿਨ ਬੀਤ ਜਾਂਦੇ ਹਨ, ਮਿਲਣ ਨੂੰ ਭੈਣ ਨੂੰ ਮਿਲਣ ਨੂੰ ਦਿਲ ਨਹੀਂ ਕਰਦਾ? ਬਾਬੇ ਕਹਿਆ ਬੇਬੇ ਇੱਧਰ ਉੱਧਰ ਦੀਆਂ ਕਰਨਾ ਹੀ, ਜਿਵੇਂ ਬੁਲਾਇਆ ਹਾਂ ਤਿਵੇਂ ਆਖ। ਗੱਲ ਤਾਂ ਕਰਨੀ ਸੀ, ਉਹ ਪੜਤਾਲ ਸ਼ੁਰੂ ਹੋ ਗਈ। ਬੇਬੇ ਕਹਿਆ ਤਾਂ ਭਾਈ ਫਿਰ ਕੰਮ ਵਿੱਚ ਦਿਲ ਲਾਉਣਾ ਚਾਹੀਦਾ ਸੀ, ਇੱਜ਼ਤ ਨਾਲ ਇੱਜ਼ਤਦਾਰ ਨੌਕਰੀ ਮਿਲੀ ਸੀ, ਤੂੰ ਸਾਨੂੰ ਜ਼ਿੰਮੇਵਾਰੀ ਨਿਭਾਉਣੀ ਬਣਦੀ ਸੀ। ਬਾਬੇ ਕਹਿਆ ਉਦਾਸ ਨਾ ਹੋ, ਚਿੰਤਾ ਨਾ ਕਰ ਬੇਬੇ, ਸਭ ਠੀਕ ਹੋਵੇਗਾ, ਭਲਾ ਹੋਵੇਗਾ, ਪੜਤਾਲ ਠੀਕ ਆਏਗੀ, ਨਤੀਜ਼ਾ ਠੀਕ ਆਏਗਾ। ਪਰ ਇਹ ਮੈਂ ਹੁਣੇ ਹੀ ਦੱਸ ਦਿੰਦਾ ਹਾਂ ਕਿ ਜਦੋਂ ਪੜਤਾਲ ਠੀਕ ਠਾਕ ਮੁਕੰਮਲ ਹੋਈ ਫਿਰ ਇਸ ਨਵਾਬ ਦੀ ਚਾਕਰੀ ਨਹੀਂ ਕਰਾਂਗਾ, ਫਿਰ ਸੁਲਤਾਨਾਂ ਦੇ ਸੁਲਤਾਨ ਦੀ ਨੌਕਰੀ ਕਰਾਂਗਾ। ਆਪਾਂ ਨੂੰ ਪਤਾ ਹੀ ਹੈ ਫਿਰ ਬਾਅਦ 'ਚ ਕੀ ਹੋਇਆ ਸੀ, ਸਭ ਠੀਕ ਹੋਇਆ। ਉਹ ਤੋਂ ਬਾਅਦ ਛੋਟੀਆਂ ਮੋਟੀਆਂ ਡਿਟੇਲਾਂ ਨੇ ਉਹ ਆਪਾਂ ਛੱਡ ਦਿੰਦੇ ਹਾਂ। ਅੱਧਾ ਕੁ ਘੰਟਾ 35-40 ਮਿੰਟ ਜਿੰਨਾ ਕੁ ਆਪਾਂ ਨੂੰ ਸਮਾਂ ਮਿਲਿਆ ਉਨੇ ਵਿੱਚ ਮੈਂ ਤੁਹਾਡੇ ਨਾਲ ਸਾਰੀ ਗੱਲਾਂ ਦੀ ਸਮਾਪਤੀ ਕਰਕੇ ਖਿਮਾ ਮੰਗਾਂਗਾ। ਅਗਲੀ ਗੱਲ ਜਿਹੜੀ ਕਰਨੀ ਤੁਹਾਡੇ ਨਾਲ ਉਹ ਇਹ ਕਿ ਮਾਪਿਆਂ ਨੇ ਭਾਈ ਮਰਦਾਨਾ ਜੀ ਨੂੰ ਭੇਜਿਆ ਸੁਲਤਾਨਪੁਰ ਕਿ ਬੜੀ ਦੇਰ ਹੋ ਗਈ, ਲੰਮਾ ਸਮਾਂ ਹੋਇਆ, ਨਾਨਕ ਨੂੰ ਕਹੋ ਕਿ ਮਾਪਿਆਂ ਨੂੰ ਮਿਲ ਕੇ ਜਾਣ। ਭਾਈ ਮਰਦਾਨਾ ਜੀ ਆਏ, ਬਾਬਾ ਜੀ ਨੂੰ ਮਿਲੇ, ਦੁਆ ਸਲਾਮ ਹੋਈ, ਫਿਰ ਕਿਹਾ ਕਿ ਪਰਿਵਾਰ ਯਾਦ ਕਰਦਾ ਹੈ ਬਾਬਾ ਜੀ, ਤਲਵੰਡੀ ਚੱਲੀਏ। ਬਾਬੇ ਕਹਿਆ ਹਾਂ ਭਾਈ, ਆਪਣਾ ਪਰਿਵਾਰ ਬਹੁਤ ਵੱਡਾ ਹੈ ਔਰ ਆਪਾਂ ਨੂੰ ਯਾਦ ਕਰਦਾ ਹੈ, ਅਸਾਂ ਦਾ ਇਕੱਲਿਆਂ ਜਾਣ ਨੂੰ ਦਿਲ ਨਹੀਂ ਕਰਦਾ ਸੀ, ਤੁਸੀਂ ਨਾਲ ਚੱਲੋਗੇ ਭਲਾ ਹੋਵੇਗਾ, ਆਪਾਂ ਆਪਣੇ ਵੱਡੇ ਪਰਿਵਾਰ ਨੂੰ ਮਿਲਣ ਜਾਵਾਂਗੇ। ਭਾਈ ਮਰਦਾਨੇ ਕਹਿਆ ਜੀ ਮੈਂ ਤੁਸਾਂ ਦਾ ਗਰੀਬ ਖਾਦਮ ਹਾਂ, ਮੈਂ ਨਹੀਂ ਜਾ ਸਕਦਾ। ਚੁੱਪ ਕਰ ਗਏ, ਕੁਛ ਦਿਨ ਰਹੇ। ਇੱਕ ਦਿਨ ਫਿਰ ਆਖਿਆ ਕਿ ਭਾਈ ਚੱਲੀਏ, ਨਾ ਬਾਬਾ ਮੈਂ ਨਹੀਂ ਜਾਂਦਾ। ਇੱਕ ਦਿਨ ਕਹਿਣ ਲੱਗੇ ਭਾਈ ਜੀ ਕੋਈ ਰਬਾਬ ਨਾ ਖਰੀਦੀਏ, ਨਾ ਸ਼ਬਦ ਸਾਖੀ ਦਾ
ਭਾਈ ਮਰਦਾਨੇ ਨੂੰ ਕਿਹਾ, ਭਾਈ ਜੀ ਕੋਈ ਸਾਜ਼ ਨਾ ਖਰੀਦੀਏ। ਭਾਈ ਮਰਦਾਨੇ ਕਿਹਾ, ਜੀ ਜੋ ਤੁਸਾਂ ਦਾ ਹੁਕਮ। ਬਾਬੇ ਕਿਹਾ, ਕਿਹੜਾ ਸਾਜ਼ ਖਰੀਦੀਏ? ਜੀ ਜੋ ਤੁਸੀਂ ਚਾਹੋ। ਬਾਬੇ ਕਿਹਾ, ਬਾਕੀ ਸਾਜ਼ ਤਾਂ ਦੁਨੀਆਦਾਰਾਂ ਦੇ ਸਾਜ਼ ਹੋਏ, ਰਬਾਬ ਗੁਰਮੁਖੀ ਸਾਜ਼ ਹੋਇਆ, ਰਬਾਬ ਖਰੀਦੀਏ? ਜੀ ਰਬਾਬ ਖਰੀਦੋ। ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਲਿਆਓ ਜੀ ਫਿਰ ਬਾਬਾ ਜੀ ਪੈਸੇ ਦਿਓ। ਬਾਬੇ ਕਿਹਾ, ਪੈਸੇ ਤਾਂ ਅਸਾਂ ਪਾਸ ਹੈਣ ਨਹੀਂ। ਭਾਈ ਮਰਦਾਨੇ ਕਿਹਾ, ਜੀ ਸਾਨੂੰ ਉਧਾਰ ਕੋਈ ਨਹੀਂ ਦੇ ਆਉਂਦਾ। ਬਾਬੇ ਕਿਹਾ, ਭਾਈ ਸਵਾਲੀ ਬਣਨਾ ਠੀਕ ਤਾਂ ਨਹੀਂ, ਪਰ ਕੀ ਕਰੀਏ, ਗਰਜ਼ ਕਾਰੇ ਕਰਾਉਂਦੀ ਹੈ। ਬੇਬੇ ਨਾਨਕੀ ਜੀ ਪਾਸ ਜਾਓ, ਉੱਥੋਂ ਪੈਸੇ ਮਿਲਣਗੇ। ਬੇਬੇ ਨਾਨਕੀ ਜੀ ਕੋਲ ਗਏ, ਮੱਥਾ ਟੇਕਿਆ, ਅਰਜ਼ ਗੁਜ਼ਾਰੀ ਕਿ ਥੋੜ੍ਹੇ ਜਿਹੇ ਪੈਸੇ ਦਿਓ। ਬੇਬੇ ਨਾਨਕੀ ਕਿਹਾ, ਇੱਕ ਕਿਉਂ ਭਾਈ, ਤੁਸਾਂ ਤੋਂ 100 ਰਬਾਬਾਂ ਵਾਰਾਂ, ਪਰ ਨਾਨਕ ਨੂੰ ਇਹ ਤਾਂ ਕਹੋ ਕਿ ਭੈਣ ਨੂੰ ਮਿਲ ਕੇ ਜਾਇਆ ਕਰੇ। ਜਿੰਨੇ ਪੈਸੇ ਹੱਥ 'ਚ ਆਏ, ਚਾਂਦੀ ਦੇ ਰੁਪਈਏ ਦਿੱਤੇ, ਅਤੇ ਗੁਰੂ ਬਾਬਾ ਜੀ ਨੂੰ ਕਿਹਾ ਕਿ ਮੈਂ ਰਬਾਬ ਲੱਭਦਾ ਜੀ, ਕਿਤੇ ਖਰੀਦ ਕੇ ਲਿਆਵਾਂ। ਕਈ ਦਿਨ ਇੱਧਰ ਉੱਧਰ ਗੇੜੇ ਮਾਰਦੇ ਰਹੇ, ਲੇਕਿਨ ਵਾਪਸ ਆ ਕੇ ਕਹਿਣ ਲੱਗੇ ਕਿ ਕਿਤੋਂ ਆਪਣੇ ਕੰਮ ਦੀ ਰਬਾਬ ਨਹੀਂ ਮੈਨੂੰ ਮਿਲੀ। ਬਾਬੇ ਕਿਹਾ, ਜੱਟਾਂ ਦਾ ਪਿੰਡ ਹੈ ਇੱਕ ਆਸਕਪੁਰ, ਉੱਥੇ ਫਰੰਦਾ ਨਾਮ ਦਾ ਇੱਕ ਕਾਰੀਗਰ ਹੈ, ਬਹੁਤ ਸੋਹਣੀ ਰਬਾਬ ਬਣਾਉਂਦਾ ਹੈ, ਹਿੰਦੂ ਹੈ, ਫੇਰੂ ਵੀ ਆਖਦੇ ਹਨ। ਆਸਕਪੁਰ ਜਾ, ਉਸਦਾ ਘਰ ਲੱਭ ਅਤੇ ਰਬਾਬ ਜੇ ਕਿਤੇ ਇਨਕਾਰ ਕਰੇ ਤਾਂ ਅਸਾਂ ਦਾ ਨਾਮ ਲੈਣਾ। ਭਾਈ ਫਰੰਦਾ ਜੀ ਦਾ ਘਰ ਲੱਭ ਲਿਆ, ਦੁਆ ਸਲਾਮ ਹੋਈ, ਫਿਰ ਕਿਹਾ, ਜੀ ਰਬਾਬ ਚਾਹੀਦੀ ਹੈ ਇੱਕ, ਬਹੁਤ ਵਧੀਆ। ਭਾਈ ਫਰੰਦੇ ਨੇ ਕਿਹਾ ਕਿ ਰਬਾਬ ਬਣ ਤਾਂ ਜਾਏਗੀ, ਪਰ ਸਮਾਂ ਲੱਗੇਗਾ, ਸੋਹਣੀ ਰਬਾਬ ਵਾਸਤੇ ਕੁਛ ਮਹੀਨੇ ਲੱਗਦੇ ਨੇ। ਕਿੱਲੀ ਉੱਪਰ ਇੱਕ ਰਬਾਬ ਲਟਕਦੀ ਦੇਖ ਕੇ ਭਾਈ ਮਰਦਾਨਾ ਜੀ ਕਹਿੰਦੇ, ਉਹ ਪਈ ਤਾਂ ਹੈ ਇੱਕ। ਭਾਈ ਫਰੰਦੇ ਕਿਹਾ, ਸੋ ਤੁਸਾਂ ਦੇ ਕੰਮ ਦੀ ਨਾਹੀਂ। ਭਾਈ ਮਰਦਾਨ ਨੇ ਪੁੱਛਿਆ, ਇਸ ਵਿੱਚ ਕੀ ਨੁਕਸ ਹੈ? ਨਹੀਂ, ਨੁਕਸ ਕੋਈ ਨਹੀਂ। ਫਕੀਰਾਂ ਦਾ ਫਕੀਰ, ਸੁਲਤਾਨਾਂ ਦਾ ਸੁਲਤਾਨ, ਨਾਨਕ ਨਾਮ ਸੁਣਿਆ ਹੈ ਕਦੀ? ਗੁਰੂ ਬਾਬਾ ਨਾਨਕ ਡਾਢੀ ਮੁਸ਼ਕਤ ਕਰਕੇ ਤਿੰਨਾਂ ਦੇ ਚਰਨਾਂ ਵਿੱਚ ਰੱਖਣ ਵਾਸਤੇ ਇਹ ਰਬਾਬ ਬਣਾਈ ਹੈ। ਭਾਈ ਮਰਦਾਨਾ ਜੀ ਨੇ ਅਗਲੀ ਗੱਲ ਨਹੀਂ ਦੱਸੀ ਹਲੇ, ਕਿ ਆਗਿਆ ਮੰਗੀ, ਜੇ ਤੁਸਾਂ ਦੀ ਇਜਾਜ਼ਤ ਹੋਏ ਜੀ ਜੀ ਵਜਾ ਕੇ ਦੇਖ ਲਵਾਂ। ਭਾਈ ਫਰੰਦੇ ਆਖਿਆ, ਵਜਾਣੀ ਤਾਂ ਦਰਕਿਨਾਰ, ਛੋਹਣ ਵੀ ਨਹੀਂ ਦਿਆਂਗਾ, ਤਿੰਨਾਂ ਦੇ ਕਦਮਾਂ ਵਿੱਚ ਰੱਖਣੀ ਹੈ। ਫਿਰ ਜਦੋਂ ਭਾਈ ਮਰਦਾਨਾ ਜੀ ਨੇ ਦੱਸਿਆ ਕਿ ਤੁਹਾਡਾ ਨਾਂ ਲੈ ਕੇ ਤੁਹਾਡਾ ਸਿਰਨਾਵਾਂ ਦਿੱਤਾ, ਮੈਨੂੰ ਮਹਾਰਾਜ ਨਹੀਂ ਭੇਜਿਆ। ਭਾਈ ਮਰਦਾਨੇ ਕਿਹਾ, ਫਿਰ ਬੈਠੇ ਕਾਸ ਲਈ ਹਾਂ, ਅਸਾਂ ਨੂੰ ਝੱਬ ਦੇ ਤਿੰਨਾਂ ਪਾਸ ਲੈ ਚੱਲ, ਅੱਖ ਦੀ ਫੌਰ 'ਚ, ਅੱਖ ਦੀ ਪਲਾਂ 'ਚ। ਭਾਈ ਫਰੰਦਾ ਜੀ ਨੇ ਰਬਾਬ ਆਪਣੇ ਕੋਲ ਰੱਖੀ, ਭਾਈ ਮਰਦਾਨਾ ਜੀ ਨੂੰ ਹੱਥ ਨਹੀਂ ਲਾਣ ਦਿੱਤਾ। ਜਦੋਂ ਸੁਲਤਾਨਪੁਰ ਆਏ, ਮਹਾਰਾਜ ਦੇ ਚਰਨਾਂ 'ਚ ਰੱਖੀ, ਬਾਬੇ ਪੁੱਛਿਆ, ਤਿਸ ਦੀ ਕੀ ਭੇਟਾ ਹੋਈ ਭਾਈ? ਭਾਈ ਫਰੰਦੇ ਕਿਹਾ, ਜੀ ਦੀਦਾਰ ਸੋ ਪ੍ਰਾਪਤ ਹੋਏ ਗਿਆ ਹੈ। ਰਬਾਬ ਚੁੱਕ ਕੇ ਪ੍ਰੇਮ ਨਾਲ ਅਸੀਸਾਂ ਦਿੱਤੀਆਂ। ਭਾਈ ਮਰਦਾਨਾ ਜੀ ਦੇ ਮੁਬਾਰਕ ਹੱਥਾਂ 'ਚ ਰਬਾਬ ਫੜਾਉਂਦਿਆਂ ਜੋ ਵਾਕ ਕਹੇ ਉਹ ਇਹ ਨੇ, ਭਾਈ ਜੀ ਤੁਸਾਂ ਨੂੰ ਤਾਰ ਦਾ ਗੁਣ ਬਖਸ਼ਿਆ, ਇਸ ਨੂੰ ਵੇਚਣਾ ਨਹੀਂ, ਘਰ ਆਏ ਸਵਾਲੀ ਨੂੰ ਖਾਲੀ ਨਹੀਂ ਮੋੜਨਾ। ਭਾਈ ਮਰਦਾਨਾ ਜੀ ਮੁਸਕਰਾ ਪਏ, ਕਹਿੰਦੇ, ਜੀ ਮੇਰੇ ਵਰਗੇ ਕੰਗਾਲ ਕੋਲ ਕਿਹੜਾ ਸਵਾਲੀ ਆਏਗਾ? ਬਾਬੇ ਕਿਹਾ, ਜੋ ਦੌਲਤ ਤੁਸਾਂ ਨੂੰ ਨਸੀਬ ਹੋਈ ਸੋ ਸੰਸਾਰ ਨੂੰ ਨਸੀਬ ਨਹੀਂ ਹੋਈ ਭਾਈ ਜੀ, ਦਰ ਆਏ ਸਵਾਲੀ ਨੂੰ ਖਾਲੀ ਨਹੀਂ ਮੋੜਨਾ। ਕੁਝ ਦਿਨ ਰਹਿੰਦੇ ਰਹੇ, ਫਿਰ ਆਪਾਂ ਨੂੰ ਪਤਾ ਹੀ ਹੈ, ਬਾਣੀ ਆਈ। ਭਾਈ ਮਰਦਾਨਾ ਜੀ ਨੂੰ ਕਿਹਾ, ਰਬਾਬ ਵਜਾਏ ਭਾਈ। ਭਾਈ ਮਰਦਾਨੇ ਕਿਹਾ, ਜੀ ਥਾਟ ਬਣਾ ਲਵਾਂ? ਬਾਬੇ ਕਿਹਾ, ਬਣਦੇ ਰਹਿਣਗੇ ਥਾਟ ਖੁਦ ਬਖੁਦ, ਬਾਣੀ ਆਈ ਹੈ, ਰਬਾਬ ਛੇੜ। ਫਿਰ ਉਸ ਸ਼ਬਦ ਨੇ ਸੁਲਤਾਨਪੁਰ ਦੇ ਪਸ਼ੂ ਪੰਛੀ ਅਤੇ ਮਨੁੱਖਾਂ ਉੱਪਰ ਵਿਸਮਾਦ ਤਾਰੀ ਹੋਇਆ। ਇੱਥੋਂ ਸ਼ੁਰੂਆਤ ਹੋ ਗਈ ਸੰਗੀਤ ਦੀ, ਕੀਰਤਨ ਦੀ। ਇਹਦੇ ਤੋਂ ਬਾਅਦ ਕੁਛ ਦਿਨ ਰਹਿੰਦੇ ਰਹੇ, ਕੀਰਤਨ ਹੁੰਦਾ ਰਿਹਾ। ਫਿਰ ਮਹਾਰਾਜ ਨੇ ਉਹੀ ਗੱਲ ਛੇੜੀ ਕਿ ਭਾਈ ਆਪਾਂ ਚੱਲੀਏ, ਹੁਣ ਦੂਰ ਦੇਸਾਂ 'ਚ ਜਾਣਾ, ਆਪਣਾ ਪਰਿਵਾਰ ਆਪਾਂ ਨੂੰ ਉਡੀਕਦਾ। ਫਿਰ ਭਾਈ ਮਰਦਾਨਾ ਜੀ ਨੇ ਉਹ ਵਾਕ ਮੁੜ ਦੁਹਰਾਏ, ਜੀ ਮੈਂ ਗਰੀਬ ਆਦਮੀ ਹਾਂ, ਮੈਂ ਨਹੀਂ ਜਾ ਸਕਦਾ, ਮੈਂ ਤਾਂ ਤਲਵੰਡੀ ਜਾਣਾ। ਬਾਬੇ ਕਿਹਾ, ਠੀਕ ਹੈ ਭਾਈ, ਤਲਵੰਡੀ ਵਿੱਚ ਖੁਸ਼ੀਆਂ ਹਨ, ਖੇੜੇ ਹਨ, ਤੁਸਾਨੂੰ ਤਲਵੰਡੀ ਮੁਬਾਰਕ, ਤੁਸੀਂ ਤਲਵੰਡੀ ਜਾਓ। ਅਸਾਂ ਦੀ ਕਿਸਮਤ ਵਿੱਚ ਲਿਖੇ ਹਨ ਦੂਰ ਦੁਰਾਡੇ ਦੇਸਾਂ ਦੇ ਪੰਧ, ਅਸੀਂ ਫਿਰ ਇਕੱਲੇ ਜਾਵਾਂਗੇ, ਖਰੀ ਖੁਸ਼ੀ ਹੁੰਦੀ ਜੇ ਤੁਸੀਂ ਨਾਲ ਜਾਵਾਂਦੇ, ਪਰ ਇਉਂ ਕਰਨਾ, ਬੇਬੇ ਨਾਨਕੀ ਜੀ ਨੂੰ ਮਿਲ ਕੇ ਜਾਵਣਾ। ਇਹ ਜਿਹੜਾ ਲਾਸਟ ਸੈਂਟੈਂਸ ਹੈ, ਇਹਨੇ ਫਿਰ ਸਾਰੀਆਂ ਈਵੈਂਟਸ ਟਰਨ ਕਰ ਦਿੱਤੀਆਂ। ਰਬਾਬ ਉਠਾਈ, ਬੇਬੇ ਨਾਨਕੀ ਜੀ ਨੂੰ ਜਾ ਕੇ ਮੱਥਾ ਟੇਕਿਆ ਅਤੇ ਕਿਹਾ ਕਿ ਇਹ ਰਬਾਬ ਜੀ ਤੁਸਾਂ ਦੇ ਹਵਾਲੇ, ਇਹ ਤੁਸਾਂ ਦੀ ਮਾਇਆ ਨਾਲ ਖਰੀਦੀ ਸੀ। ਬਾਬਾ ਨਾਨਕ ਹੁਣ ਜਾਏਗਾ ਦੂਰ ਦੇਸਾਂ 'ਚ, ਮੈਂ ਚੱਲਿਆ ਤਲਵੰਡੀ, ਕੋਈ ਸੁਨੇਹਾ ਮਾਪਿਆਂ ਤੱਕ ਦੇਣਾ ਤਾਂ ਦੱਸੋ। ਜਦੋਂ ਇਹ ਖਬਰ ਸੁਣੀ ਕਿ ਭਾਈ ਮਰਦਾਨਾ ਤਲਵੰਡੀ ਚੱਲੇ ਅਤੇ ਬਾਬਾ ਚੱਲਿਆ ਦੂਰ ਪ੍ਰਦੇਸਾਂ 'ਚ, ਤਾਂ ਬੇਬੇ ਨਾਨਕੀ ਦੀਆਂ ਅੱਖਾਂ ਨਦੀਆਂ ਬਣ ਗਈਆਂ। ਭਾਈ ਜੈ ਰਾਮ ਜੀ ਨੂੰ ਕੋਰਟ 'ਚ ਪਤਾ ਲੱਗਿਆ
ਤਾਂ ਉਹ ਆਪਣਾ ਕੰਮ ਛੱਡ ਕੇ ਆਪਣੇ ਘਰ ਆਏ। ਬੇਬੇ ਨਾਨਕੀ ਜੀ ਦੀ ਇਹ ਹਾਲਤ ਦੇਖ ਕੇ ਜੋ ਵਾਕ ਉਹਨਾਂ ਨੇ ਕਹੇ ਉਹ ਬਹੁਤ ਧਿਆਨ ਨਾਲ ਸੁਣਨ ਯੋਗ ਨੇ। ਜੀ ਨਾਨਕੀ ਜੀ, ਜਦੋਂ ਕਦੇ ਅਸੀਂ ਡੋਲਦੇ, ਜਦੋਂ ਕਦੀ ਅਸੀਂ ਭਟਕਦੇ, ਤੁਸੀਂ ਸਾਨੂੰ ਥੰਮਦੇ। ਹੁਣ ਤੁਸੀਂ ਡੋਲ ਗਏ ਹੋ ਤਾਂ ਅਸਾਂ ਦਾ ਕੀ ਬਣੇਗਾ? ਆਪਾਂ ਹੁਣ ਸੁਣਦੇ ਹਾਂ ਨਾ ਵੁਮੈਨ ਲਿਬਰੇਸ਼ਨ, ਫੈਮਿਨਿਨ ਇਕੁਐਲਿਟੀ, ਸੈਮੀਨਾਰ 'ਤੇ ਸੈਮੀਨਾਰ, ਔਰਤ ਬਰਾਬਰ ਚਾਹੀਦੀ ਹੈ। ਇਹ 500 ਸਾਲ ਦਾ ਆਪਣਾ ਪਰਿਵਾਰ ਹੈ ਗੁਰੂ ਮਹਾਰਾਜ ਦਾ। ਉੱਥੇ ਭਾਈ ਜੈ ਰਾਮ ਜੀ ਰੈਵਨਿਊ ਅਫਸਰ ਨੇ, ਬੇਬੇ ਨਾਨਕੀ ਜੀ ਹਾਊਸ ਵਾਈਫ ਨੇ। ਲੈਂਗੁਏਜ ਹੈ ਜਿਹੜੀ, ਜੀ ਨਾਨਕੀ ਜੀ, ਜਦੋਂ ਅਸੀਂ ਭਟਕਦੇ ਤੁਸੀਂ ਸਾਨੂੰ ਉਪਦੇਸ਼ ਦੇ, ਹੁਣ ਤੁਸੀਂ ਡੋਲ ਗਏ ਹੋ ਤਾਂ ਅਸਾਂ ਦਾ ਕੀ ਬਣੇਗਾ? ਇਹ ਹੈ ਇਹ ਸਾਡੇ ਪਰਿਵਾਰ ਦੀ ਸਵੱਛਤਾ, ਸਤਿਕਾਰ ਸਾਡੇ ਸਵਾਰ ਸਾਡੇ ਪਰਿਵਾਰ 'ਚ ਔਰਤਾਂ ਦਾ, ਧੀਆਂ ਦਾ, ਪਤਨੀਆਂ ਦਾ। ਫਿਰ ਬੇਬੇ ਨਾਨਕੀ ਜੀ ਨੇ ਦੱਸਿਆ, ਜੀ ਜੇ ਮਰਦਾਨਾ ਨਾਲ ਜਾਂਦਾ ਤਾਂ ਸਾਨੂੰ ਫਿਕਰ ਰੰਚਕ ਦਾ ਨਾਂ ਸੀ, ਹੁਣ ਬਾਬਾ ਚੱਲਿਆ ਹੈ ਪ੍ਰਦੇਸ ਅਤੇ ਮਰਦਾਨਾ ਚੱਲਿਆ ਹੈ ਤਲਵੰਡੀ, ਹੁਣ ਅਸਾਂ ਦਾ ਦਿਲ ਥੰਮਦਾ ਨਹੀਂ। ਭਾਈ ਜੈ ਰਾਮ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਭਾਈ ਜੀ ਤੁਸਾਂ ਦੇ ਜੋੜ ਵਿਛੜਨੇ ਸੋਭਦੇ ਨਹੀਂ, ਨਾਲ ਜਾਣਾ ਪਵੇਗਾ ਤੁਸਾਂ ਨੂੰ। ਭਾਈ ਮਰਦਾਨਾ ਨੇ ਕਿਹਾ, ਜੀ ਅਸਾਂ ਦੇ ਬਾਲ ਛੋਟੇ ਹਨ, ਰਿਜ਼ਕ ਨਹੀਂ ਹੈ, ਗਰੀਬ ਖਾਵੰਦ ਹਾਂ ਤੁਸਾਂ ਦਾ, ਗਰੀਬ ਖਾਦਮ ਹਾਂ ਤੁਸਾਂ ਦਾ, ਗਰੀਬ ਖਾਦਮ ਖਿਦਮਤਗਾਰ, ਅਸੀਂ ਨਹੀਂ ਜਾ ਸਕਦੇ। ਭਾਈ ਜੈ ਰਾਮ ਜੀ ਨੇ ਕਿਹਾ, ਤੁਸਾਂ ਦੇ ਬਾਲ ਅੱਜ ਤੋਂ ਬਾਅਦ ਅਸਾਂ ਦੇ ਬਾਲ ਹੋਏ, ਸ੍ਰੀ ਚੰਦ ਨੂੰ ਵੀ ਅਸਾਂ ਗੋਦ ਲੈ ਲਿਆ ਹੈ। ਆਪਾਂ ਨੂੰ ਪਤਾ ਹੀ ਹੈ ਕਿ ਬੇਬੇ ਨਾਨਕ ਜੀ ਦੇ ਸੰਤਾਨ ਨਹੀਂ ਹੋਈ ਸੀ, ਬਾਬਾ ਸ੍ਰੀ ਚੰਦ ਨੂੰ ਗੋਦ ਲਿਆ ਸੀ ਉਹਨਾਂ ਨੇ। ਜਦੋਂ ਇਹ ਗੱਲ ਹੋਈ ਫਿਰ ਬੇਬੇ ਨਾਨਕ ਜੀ ਹੌਸਲੇ 'ਚ ਆ ਗਏ। ਭਾਈ ਮਰਦਾਨਾ ਜੀ ਨੇ ਖੁਸ਼ੀ ਖੁਸ਼ੀ ਖਬਰ ਦਿੱਤੀ ਬਾਬਾ ਜੀ ਨੂੰ ਕਿ ਆਪਾਂ ਇਕੱਠੇ ਚੱਲਾਂਗੇ, ਅਸੀਸਾਂ ਮਿਲੀਆਂ। ਪਰ ਭਾਈ ਮਰਦਾਨਾ ਜੀ ਨੇ ਕਿਹਾ ਕਿ ਆਪਾਂ ਬੇਬੇ ਨਾਨਕ ਜੀ ਨੂੰ ਮਿਲ ਕੇ ਜਾਣਾ। ਬਾਬੇ ਕਿਹਾ, ਤੁਸਾਂ ਦਾ ਅੱਖਾਂ ਅਸਾਂ ਤੋਂ ਮੋੜਿਆ ਨਹੀਂ ਜਾਂਦਾ ਭਾਈ, ਤੁਸਾਂ ਤਾਂ ਹੀ ਅਸਾਂ ਨੂੰ ਵੱਡਾ ਕੰਮ ਹੈ। ਬੇਬੇ ਨਾਨਕੀ ਜੀ ਦੇ ਘਰ ਗਏ, ਬੇਬੇ ਨਾਨਕੀ ਜੀ ਨੇ ਝੁੱਕ ਕੇ ਮਹਾਰਾਜ ਦੇ ਚਰਨ ਛੂਹਣੇ ਚਾਹੇ। ਬਾਬੇ ਕਿਹਾ, ਬੇਬੇ ਤੂੰ ਅਸਾਂ ਤੋਂ ਵੱਡੀ ਹੈ ਔਰ ਪਰਮੇਸ਼ਰ ਕੀ ਪਿਆਰੀ ਵੀ, ਤੂੰ ਜੋ ਅਸਾਂ ਦੇ ਪੈਰਾਂ ਵੱਲ ਦੇਖਦੀ ਹੈ ਅਸਾਂ ਨੂੰ ਆਪਣੇ ਵਿੱਚ ਵੱਡਾ ਔਗਣ ਦਿਸਦਾ ਹੈ। ਬੇਬੇ ਕਿਹਾ, ਭਾਈ ਜੀ ਸੱਚ ਆਖਦੀ ਹਾਂ, ਤੁਸਾਂ ਨੂੰ ਭਰਾਓ ਕਰਕੇ ਨਹੀਂ ਜਾਣਦੀ, ਪਰਮੇਸ਼ਰ ਕਰਕੇ ਜਾਣਦੀ ਹਾਂ। ਭਾਈ ਮਰਦਾਨਾ ਜੀ ਨੂੰ ਕੁਛ ਰੁਪਈਏ ਦੇ ਦਿੱਤੇ, ਭਾਈ ਮਰਦਾਨਾ ਜੀ ਨੇ ਆਪਣੀ ਜੇਬ 'ਚ ਪਾਏ। ਬਾਬੇ ਕਿਹਾ, ਵਾਪਸ ਕਰੋ ਭਾਈ, ਪੈਸੇ ਨਹੀਂ ਲੈਣੇ। ਬੇਬੇ ਨਾਨਕੀ ਕਿਹਾ, ਅਸਾਂ ਆਪਣੀ ਖੁਸ਼ੀ ਨਾਲ ਦਿੱਤੇ ਹਨ, ਤੁਸਾਂ ਦੇ ਖਾਣ ਲਈ, ਤੁਸਾਂ ਦੇ ਖਰਚਣ ਲਈ, ਪ੍ਰਦੇਸ਼ਾਂ ਵਿੱਚ ਜਾਣਾ ਹੈ ਤੁਸਾਂ। ਬਾਬੇ ਕਿਹਾ, ਬੇਬੇ ਅਸਾਂ ਪੁਰ ਮਿਹਰਬਾਨ ਹੈ ਤਾਂ ਪੈਸੇ ਨਹੀਂ, ਅਸੀਸਾਂ ਚਾਹੀਦੀਆਂ ਹਨ, ਆਪਣੇ ਹੱਥੀਂ ਸਾਨੂੰ ਕਰਤਾਰ ਪਾਸ ਸੌਂਪੋ। ਇਹ ਲੈਂਗੁਏਜ ਮੇਰੇ ਬੱਚੇ ਜਦੋਂ ਛੋਟੇ ਸਨ ਨਾ, ਚੌਥੀ ਪੰਜਵੀਂ 'ਚ ਪੜ੍ਹਦੇ, ਉਹਨਾਂ ਦੇ ਜਮਾਤੀ, ਉਹਨਾਂ ਦੇ ਦੋਸਤ ਘਰ ਆ ਜਾਂਦੇ, ਅੰਕਲ ਸਾਖੀ ਸੁਣਨੀ ਹੈ, ਸਾਖੀ ਸੁਣਾਓ। ਮੈਂ ਸਾਖੀ ਸੁਣਾਉਣ ਲੱਗ ਜਾਂਦਾ, ਉਹਨਾਂ ਦੀ ਜ਼ਿੱਦ ਹੁੰਦੀ ਤੁਹਾਡੀ ਬੋਲੀ 'ਚ ਨਹੀਂ, ਬਾਬਾ ਜੀ ਜਿਹੜੀ ਬੋਲੀ ਬੋਲਦੇ ਸਨ ਉਸੇ ਬੋਲੀ 'ਚ ਸੁਣਨੀ ਹੈ। ਹੁਣ ਉਹ ਬੋਲੀ ਕਿਉਂ ਚੰਗੀ ਲੱਗਦੀ ਹੈ ਸਾਨੂੰ ਜਨਮ ਸਾਖੀ ਦੇ, ਜਿਹੜੇ ਕੁਛ ਬੋਲ ਤੁਸੀਂ ਸੁਣੇ ਨੇ ਇਹ ਮੈਨੂੰ ਵੀ ਚੰਗੇ ਲੱਗੇ, ਤੁਹਾਨੂੰ ਵੀ ਲੱਗਣਗੇ ਚੰਗੇ। ਇਸ ਕਰਕੇ ਚੰਗੀ ਲੱਗਦੀ ਹੈ ਕਿਉਂਕਿ ਗੁਰਬਾਣੀ ਦੀ ਬੋਲੀ ਦੇ ਨੇੜੇ ਹੈ ਇਹ। ਜਦੋਂ ਮਹਾਰਾਜ ਜਾਣ ਲੱਗਦੇ ਨੇ ਨਾ ਉਦਾਸੀ 'ਤੇ, ਬੇਬੇ ਨਾਨਕੀ ਜੀ ਨੂੰ ਕਹਿੰਦੇ ਨੇ, ਹੌਸਲਾ ਰੱਖਣਾ, ਧੀਰਜ ਰੱਖਣਾ, ਡੋਲਣਾ ਨਹੀਂ। ਬੇਬੇ ਕਹਿਆ, ਭਾਈ ਜੇ ਛੇਤੀ ਆਵਾਂਗਾ ਤਾਂ ਡੋਲਾਂਗੀ ਨਹੀਂ, ਔਰ ਜੇ ਦੇਰ ਕਰਾਂਗਾ ਹਾਂ ਤੁਧ ਬਿਨ ਖਰੀ ਉਧਰ ਜਾਵਾਂਗੀ। ਬਿਲ ਮੇਰੇ ਪ੍ਰੀਤਮਾ ਜੀ ਹੋ, ਤੁਧ ਬਿਨ ਖਰੀ ਨਿਮਾਣੀ। ਹੁਣ ਇਹ ਹੈ ਰੰਗ, ਇਹ ਹੈ ਮਾਹੌਲ, ਇਹ ਹੈ ਸੁਗੰਧੀ ਜਨਮ ਸਾਖੀ ਦੀ। ਅੱਛਾ, ਜਨਮ ਸਾਖੀ ਦੇ ਵਿੱਚ ਕਿਹੋ ਜਿਹੇ ਵਾਕ, ਸਾਦਗੀ, ਉਹਨਾਂ ਵਾਕਾਂ ਦੇ ਪਿੱਛੇ ਸੰਕੇਤ, ਸਾਦੀਆਂ ਜਾਂ ਦੋ ਤਿੰਨ ਪੰਕਤੀਆਂ ਸੁਣਾਵਾਂਗਾ। ਰਾਜਸਥਾਨ ਪਾਰ ਕਰਨਾ ਹੈ, ਹੁਕਮ ਭਾਈ ਮਰਦਾਨਾ ਜੀ ਨੂੰ ਇਹ ਹੈ ਕਿ ਜਿੱਥੇ ਕੁਛ ਖਾਣ ਨੂੰ ਪੀਣ ਨੂੰ ਮਿਲ ਜੇ ਖਾਓ ਪੀਓ। ਖਾਣ ਪੀਣ ਦੀ ਵਸਤੂ ਚੁੱਕਣੀ ਨਹੀਂ ਹੈ। ਦੇਖੋ, ਜਹਾਜ਼ਾਂ 'ਚ ਬੈਠ ਕੇ ਆਉਂਦੇ ਹਾਂ, ਕਾਰਾਂ 'ਚ ਬੈਠ ਕੇ ਆਉਂਦੇ, ਬੋਤਲਾਂ ਪਾਣੀ ਦੇ ਨਾਲ ਲੈ ਕੇ ਆਉਂਦੇ ਹਾਂ, ਉਹ ਪੈਦਲ ਜਾ ਰਹੇ ਨੇ, ਮਾਰੂਥਲ ਪਾਰ ਕਰ ਰਹੇ ਨੇ, ਖਾਣ ਪੀਣ ਦੀ ਵਸਤੂ ਨਹੀਂ ਚੁੱਕਣੀ, ਤੁਰਦੇ ਜਾ ਰਹੇ ਨੇ। ਭਾਈ ਮਰਦਾਨਾ ਜੀ ਕਹਿੰਦੇ, ਜੀ ਬਾਬਾ ਜੀ ਥੱਕ ਗਿਆ ਹਾਂ, ਖਾਣ ਨੂੰ ਕੁਝ ਮਿਲੇ ਤਾਂ ਤੁਰਾਂ, ਨਹੀਂ ਤਾਂ ਬੈਠਾ ਹਾਂ। ਬਾਬੇ ਕਿਹਾ, ਭਾਈ ਇੱਥੇ ਉਜਾੜਾਂ ਵਿੱਚ ਕੀ ਮਿਲੇ, ਕਿਤੇ ਆਬਾਦੀ ਆਏਗੀ ਤਾਂ ਖਾਣ ਨੂੰ ਪੀਣ ਨੂੰ ਕੁਛ ਮਿਲੇਗਾ। ਭਾਈ ਮਰਦਾਨੇ ਕਿਹਾ, ਬਾਬਾ ਤੂੰ ਅਤੀਤ ਪੁਰਖ ਹੈ, ਨਾ ਖਾਣ ਦੀ ਇੱਛਾ, ਨਾ ਪਹਿਨਣ ਦੀ, ਨਾ ਪੀਣ ਦੀ, ਨਾ ਥਕਾਨ, ਨਾ ਭੁੱਖ, ਨਾ ਨੀਂਦ, ਜਾਂ ਤਾਂ ਸਾਨੂੰ ਵੀ ਆਪਣੇ ਜਿਹਾ ਅਤੀਤ ਕਰ, ਜਾਂ ਫਿਰ ਸਾਨੂੰ ਖਾਣ ਨੂੰ ਕੁਛ ਦੇ।
ਬਾਬੇ ਕਹਿਆ ਭਲਾ ਮੰਗਿਆ ਹਾਈ ਮਰਦਾਨਿਆਂ ਭਲਾ ਮੰਗਿਆ ਹਾਈ, ਲੋਕ ਵਸਤਾਂ ਮੰਗਦੇ ਹਨ ਤੂੰ ਵਸਤਾਂ ਤੋਂ ਤਿਆਗ ਮੰਗਦਾ ਹੈ। ਭਾਈ ਮਰਦਾਨੇ ਕਹਿਆ ਜੀ ਬੈਠਾ ਹਾਂ, ਖਾਣ ਨੂੰ ਕੁਝ ਮਿਲੇ ਤਾਂ ਤੁਰਾਂ, ਤੁਰਿਆ ਨਹੀਂ ਜਾਂਦਾ। ਬਾਬੇ ਕਹਿਆ ਅੱਛਾ ਹਿਥਾਈ ਬੈਠ, ਮੈਂ ਝਬਦੇ ਆਇਆ। ਕਿਸੇ ਪਾਸੇ ਗਏ ਕੁਛ ਨਹੀਂ ਪਤਾ, ਸਾਖੀਕਾਰ ਕੁਛ ਨਹੀਂ ਲਿਖਦਾ ਕਿਹੜੇ ਪਿੰਡ ਕਿਹੜੀ ਆਬਾਦੀ, ਲੇਕਿਨ ਕੁਛ ਖਾਣ ਦੀਆਂ ਚੀਜ਼ਾਂ ਆਪਣੇ ਹੱਥਾਂ 'ਚ ਲੈ ਕੇ ਆਏ। ਜਦੋਂ ਵਾਪਸ ਆਏ ਭਾਈ ਮਰਦਾਨਾ ਜੀ ਨੇ ਆਪਣੇ ਦੋਵੇਂ ਹੱਥ ਫੈਲਾਏ। ਸਾਖੀਕਾਰ ਲਿਖਦਾ ਬਾਬਾ ਗੋਡਿਆਂ ਭਾਰ ਬੈਠ ਗਿਆ ਔਰ ਕਹਿਆ ਨਾ ਭਾਈ ਨਾ, ਇਉਂ ਹੱਥ ਨਾ ਫੈਲਾ, ਅਸਾਂ ਦੇ ਹੱਥਾਂ ਵਿੱਚੋਂ ਇਸੇ ਤਰ੍ਹਾਂ ਖਾਓ, ਤੁਸੀਂ ਸਾਨੂੰ ਭਲੇ ਲੱਗਦੇ ਹੋ। ਹੁਣ ਆਪਾਂ ਤਾਂ ਵਿਦਿਆਰਥੀ ਹੁਣ ਤੱਕ ਇਹ ਸੁਣਦੇ ਆਏ ਸੀ ਨਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਇੱਥੇ ਸਾਰੇ ਰੰਗ ਗੁਰੂ ਨਾਨਕ ਦੇਵ ਦੇ ਵਿੱਚ ਵੀ ਆਪਾਂ ਉਹੀ ਦੇਖ ਰਹੇ ਹਾਂ, ਕੋਈ ਭੇਦ ਕਿਸੇ ਥਾਂ 'ਤੇ ਹੈ ਹੀ ਨਹੀਂ। ਲਓ ਜੀ ਖਾਣ ਪੀਣ ਦੀਆਂ ਚੀਜ਼ਾਂ ਖਾਧੀਆਂ, ਕਹਿਣ ਲੱਗੇ ਬਹੁਤ ਆਨੰਦ ਆਇਆ ਬਾਬਾ, ਬਹੁਤ ਸਵਾਦੀ ਪਕਵਾਨ ਸਨ। ਬਾਬੇ ਕਹਿਆ ਉੱਥੇ ਤਾਂ ਇਸ ਤੋਂ ਹੋਰ ਵੀ ਵਧੀਕ ਸਵਾਦੀ ਪਕਵਾਨ ਸਨ, ਤੁਸੀਂ ਜ਼ਿਆਦਾ ਵਿਆਕੁਲ ਹੋ ਗਏ ਨਾ, ਇਸ ਲਈ ਝਬਦੇ ਜੋ ਹੱਥ 'ਚ ਆਇਆ ਲੈ ਆਇਆ, ਜੇ ਧੀਰਜ ਰੱਖਦੇ ਤਾਂ ਹੋਰ ਵੀ ਸਵਾਦੀ ਵਸਤਾਂ ਆ ਜਾਣੀਆਂ ਸਨ। ਤੁਰੇ ਜਾ ਰਹੇ ਨੇ, ਸਾਖੀਕਾਰ ਲਿਖਦਾ ਇੰਨੇ ਸਾਖੇ ਸੌਖੇ ਅਤੇ ਸਾਦੇ ਬੋਲ ਨੇ, ਰੇਗਿਸਤਾਨ ਪਾਰ ਕਰ ਰਹੇ ਨੇ ਨਾ, ਉੱਪਰ ਤਾਰੇ ਹੇਠਾਂ ਰੇਤ ਹੋਰ ਕਿਛ ਨਹੀਂ ਸੀ। ਚਲੋ ਚਾਲ ਹੇਠਾਂ ਰੇਤ ਉੱਪਰ ਤਾਰੇ ਹੋਰ ਕਿਛ ਨਹੀਂ ਸੀ। ਭਾਈ ਮਰਦਾਨੇ ਕਹਿਆ ਜੀ ਬਾਬਾ ਜੀ, ਦੇਸ਼ ਦਾ ਕੋਈ ਦਰਖਤ ਵੀ ਮਿਲੇ ਹਉਂ ਤਿਸ ਦਾ ਗਲ ਲੱਗ ਕੇ ਰੋਵਾਂ। ਬਾਬੇ ਕਹਿਆ ਭਾਈ ਕਰਤਾਰ ਕਰਤਾਰ ਆਖ, ਕਰਤਾਰ ਦਾ ਨਾਂ ਲੈ। ਫਿਰ ਇੱਕ ਦਿਨ ਭਾਈ ਮਰਦਾਨਾ ਕਹਿਣ ਲੱਗੇ ਜੀ ਬਾਬਾ ਜੀ ਕਿਹਨਾਂ ਉਜਾੜਾਂ ਵਿੱਚ ਮਾਰਿਆ ਹਾਈ, ਗੋਰੋਂ ਖੱਫਣ ਵੀ ਗਏ, ਨਾ ਕਬਰ ਬਣੇਗੀ ਨਾ ਖੱਫਣ ਪਾਏਗਾ ਕੋਈ, ਇਸ ਰੇਤ 'ਚ ਦੱਬ ਕੇ ਮਰਾਂਗੇ। ਬਾਬੇ ਕਹਿਆ ਕਰਤਾਰ ਦਾ ਨਾਂ ਲੈ, ਕਰਤਾਰ ਕਰਤਾਰ ਆਖ। ਫਿਰ ਤੁਰ ਪਏ। ਫਿਰ ਭਾਈ ਮਰਦਾਨਾ ਜੀ, ਦੇਖੋ ਬਹੁਤ ਦਿਲਚਸਪ ਵਾਕ ਹੈ, ਧਿਆਨ ਨਾਲ ਸੁਣੋ। ਭਾਈ ਮਰਦਾਨੇ ਕਹਿਆ ਜੀ ਬਾਬਾ ਜੀ, ਦੇਸ਼ ਦਾ ਕੋਈ ਕੁੱਤਾ ਵੀ ਮਿਲੇ ਹੁਣ ਤਿਸ ਦਾ ਗਲ ਲੱਗ ਕੇ ਰੋਵਾਂ। ਬਾਬੇ ਕਹਿਆ ਇਹਨਾਂ ਉਜਾੜਾਂ ਵਿੱਚ ਇਸੇ ਲਈ ਆਏ ਹਾਂ ਭਾਈ, ਨਾ ਕੋਈ ਕੁੱਤਾ ਲੱਗਾ ਨਾ ਭੌਂਕੇ, ਬੰਦਗੀ ਕਰਨ ਵਾਸਤੇ ਤਾਂ ਆਏ ਹਾਂ, ਆਪਾਂ ਇਹ ਖੱਪ ਖਾਨਿਆਂ 'ਚੋਂ ਨਿਕਲ ਕੇ ਹੋਰ ਕਾਹਦੇ ਲਈ ਇੱਥੇ ਆਏ ਹਾਂ, ਇੱਥੇ ਕੁੱਤਪਣਾ ਨਹੀਂ ਚੱਲਦਾ। ਲਓ ਜੀ ਰੇਗਿਸਤਾਨ ਖਤਮ ਹੋਇਆ, ਆਬਾਦੀ ਆਈ। ਖੂਹ 'ਤੇ ਔਰਤਾਂ ਕੱਪੜੇ ਧੋ ਰਹੀਆਂ, ਪਾਣੀ ਪੀ ਰਹੀਆਂ, ਬੱਚਿਆਂ ਨੂੰ ਇਸ਼ਨਾਨ ਕਰਵਾ ਰਹੀਆਂ, ਹੱਥ ਮੂੰਹ ਪੈਰ ਧੋਏ, ਪਾਣੀ ਪੀਤਾ। ਭਾਈ ਮਰਦਾਨਾ ਜੀ ਧਿਆਨ ਨਾਲ ਗੱਲਾਂ ਸੁਣ ਰਹੇ ਨੇ, ਸਮਝ ਨਹੀਂ ਆ ਰਹੀ ਬੋਲੀ। ਮਹਾਰਾਜ ਨੂੰ ਪੁੱਛਦੇ ਨੇ ਜੀ ਬਾਬਾ ਜੀ, ਕੌਣ ਦੇਸ਼ ਆਏ ਗਿਆ ਹੈ? ਇਹਨਾਂ ਦੀ ਬੋਲੀ ਨਾ ਅਸਾਂ ਨੂੰ ਸਮਝ, ਅਸਾਂ ਦੀ ਬੋਲੀ ਨਾ ਇਹਨਾਂ ਨੂੰ ਸਮਝ, ਜੀ ਇੱਥੇ ਕੀ ਕਰਾਂਗੇ, ਕੌਣ ਦੇਸ ਹੈ ਇਹ? ਬਾਬੇ ਕਹਿਆ ਭਾਈ ਇਹ ਸੌਰਾਸ਼ਟਰ ਆ ਗਿਆ ਹੈ, ਸੋਰਠ ਰਾਗ ਇਸੇ ਦੇਸ਼ ਦਾ ਰਾਗ ਹੋਇਆ, ਸੋਰਠ ਗਾ ਤੁਸਾਂ ਦੀ ਬੋਲੀ ਭਲੀ ਸਮਝ ਆਏਗੀ। ਇਹ ਵਾਕ ਪੜ੍ਹੇ ਮੈਂ ਜਦੋਂ ਵਿਦਿਆਰਥੀ ਹੋ, ਭਾਈ ਕਾਨ ਸਿੰਘ ਨਾਭਾ ਦਾ ਮਹਾਨ ਕੋਸ਼ ਖੋਲਿਆ, ਸੋਰਠ ਐਂਟਰੀ ਦੇਖੀ, ਤੁਸੀਂ ਵੀ ਸੋਰਠ ਐਂਟਰੀ ਖੋਲ੍ਹ ਕੇ ਦੇਖਿਓ, ਉਹਦੇ 'ਚ ਲਿਖਿਆ ਸੌਰਾਸ਼ਟਰ ਦਾ ਰਾਗ। ਹੁਣ ਭਾਈ ਮਰਦਾਨਾ ਜੀ ਬਾਰੇ ਤਾਂ ਆਪਾਂ ਨੂੰ ਪਤਾ ਲੱਗ ਗਿਆ ਕਿ ਉਹਨਾਂ ਨੂੰ ਤਾਂ ਤਾਰ ਦਾ ਗੁਣ ਬਖਸ਼ ਦਿੱਤਾ ਮਹਾਰਾਜ ਨੇ, ਅਸੀਸ ਦੇ ਦਿੱਤੀ, ਪੈਗੰਬਰ ਗੁਰੂ ਅਸੀਸ ਦੇ ਦੇਣ, ਉੱਥੇ ਸਭ ਕੁਛ ਵਾਪਰ ਜਾਂਦਾ। ਲੇਕਿਨ ਗੁਰੂ ਨਾਨਕ ਦੇਵ ਜੀ ਨੇ ਸੰਗੀਤ ਕੀਰਤਨ ਕਰਨਾ ਕਿੱਥੋਂ ਸਿੱਖਿਆ ਸੀ, ਰਾਗ ਵਿੱਦਿਆ ਕਿੱਥੋਂ ਸਿੱਖੀ ਸੀ, ਆਪਾਂ ਨੂੰ ਕਿਤੋਂ ਪਤਾ ਨਹੀਂ ਲੱਗਦਾ। ਆਪਾਂ ਨੂੰ ਇਹ ਪਤਾ ਲੱਗਦਾ ਮੌਲਵੀ ਕੋਲ ਗਏ ਸੀ ਫਾਰਸੀ ਪੜ੍ਹਨ, ਪਾਂਧੇ ਕੋਲ ਗਏ ਸੀ ਸੰਸਕ੍ਰਿਤ ਪੜ੍ਹਨ, ਇਹ ਦੋ ਗੱਲਾਂ ਦਾ ਤਾਂ ਪਤਾ ਹੈ, ਉਹਨਾਂ ਨੇ ਕੀਰਤਨ ਰਾਗ ਇਹ ਕਿੱਥੋਂ ਸਿੱਖੇ ਸਨ ਆਪਾਂ ਨੂੰ ਕੋਈ ਪਤਾ ਨਹੀਂ। ਤੋ ਇਹ ਜਿਹੜੇ ਕੁਛ ਦ੍ਰਿਸ਼ ਨੇ, ਬਸ ਇੱਕ ਇੱਕ ਅਖੀਰ 'ਚ ਹੋਰ ਸੁਣਾ ਦੇਣਾ, ਬਹੁਤ ਨੇ, ਦੋ ਘੰਟੇ 'ਚ ਇਹ ਗੱਲਾਂ ਕਰਦੇ ਰਹੀਏ। ਸਾਖੀਕਾਰ ਲਿਖਦਾ ਕਿ ਕਲਯੁੱਗ ਪ੍ਰਗਟ ਹੋਇਆ, ਬਾਬਾ ਉੱਠਿਆ, ਪ੍ਰਣਾਮ ਕੀਤਾ, ਕਲਯੁੱਗ ਨੇ ਪੁੱਛਿਆ ਕਹੋ ਨਾਨਕ ਕੈਸਾ ਹੈ, ਕੈਸੇ ਹੋ? ਬਾਬੇ ਕਹਿਆ ਜੀ ਤੁਸਾਂ ਦੀ ਸਾਰੀ ਸਾਜਿਸ਼ ਦੇਖ ਲਈ ਹੈ। ਕਲਯੁੱਗ ਹੱਸਿਆ ਔਰ ਕਹਿਆ ਕਿਸ ਤਰ੍ਹਾਂ ਦੀ ਲੱਗੀ ਹੈ ਅਸਾਂ ਦੀ ਸਾਜਿਸ਼? ਬਾਬੇ ਕਹਿਆ ਜੀ ਬਸੰਤ ਰੁੱਤ ਵਿੱਚ ਸਭ ਤੋਂ ਵਧੀਕ ਸਾਜਿਸ਼ ਹੋਈ। ਫਿਰ ਭਾਈ ਮਰਦਾਨੇ ਨੂੰ ਕਹਿਆ ਉਠਾਰ ਬਾਬ ਬਸੰਤ ਗਾਈਏ ਔਰ ਦੱਸੀਏ ਜੋ ਸਾਨੂੰ ਸਾਰੀ ਸਾਜਿਸ਼ ਪਤਾ ਲੱਗ ਗਈ। ਸਾਜਿਸ਼ ਸ਼ਬਦ ਹੈ ਜਿਹੜਾ, ਇਹਦਾ ਇਹ ਪ੍ਰਸ਼ਨ ਦਾ ਲਫਜ਼ ਹੈ, ਇਹਦੇ ਮੈਨੇ ਸਿਰਜਣਾ ਹੁੰਦਾ। ਜਿਹੜਾ ਸਾਜਿਸ਼ ਕਰਦਾ ਨਾ, ਉਹ ਵੀ ਕੋਈ ਇਹੋ ਜਿਹੀ ਸਕੀਮ ਬਣਾ ਰਿਹਾ ਜਿਹੜੀ ਪਹਿਲਾਂ ਹੈ ਨਹੀਂ ਸੀ, ਜਿਹਦਾ ਕਿਸੇ ਨੂੰ ਪਤਾ ਨਾ ਲੱਗੇ। ਤੋ ਮੂਲ ਰੂਪ ਜਿਹੜਾ, ਮਤਲਬ ਅਰਥ, ਅਸਲ 'ਚ ਅਰਥ ਹੈ ਇਹਦਾ, ਉਹ ਸਾਜਿਸ਼ ਮੈਨੇ ਸਿਰਜਣਾ। ਤੋ ਇਸ ਤਰ੍ਹਾਂ ਆਪਸ ਦੇ ਵਿੱਚ ਮੁਰੀਦ ਅਤੇ ਗੁਰੂ, ਇਹ ਰਿਸ਼ਤਾ ਤਾਂ ਸਾਨੂੰ ਪਤਾ ਹੀ ਪਤਾ, ਆਪਸ ਦੇ ਵਿੱਚ ਪਿਆਰ ਕਿਸ ਤਰ੍ਹਾਂ ਦਾ ਸੀ, ਆਪਸ ਦੇ ਵਿੱਚ ਸੰਬੰਧ ਕਿਸ ਤਰ੍ਹਾਂ ਦੇ ਸਨ, ਬਸ ਦੋ ਵਾਕ ਨੇ
ਉਹ ਸੁਣਾ ਕੇ ਤੁਹਾਡੇ ਤੋਂ ਖਿਮਾ ਮੰਗਾਂਗਾ। ਉਹ ਵਾਕ ਕੀ ਨੇ, ਜਾ ਸਾਖੀਕਾਰ ਲਿਖਦਾ, ਜਦ ਬਾਬਾ ਬੰਦਗੀ ਕਰਦਾ ਤਾਂ ਭਾਈ ਮਰਦਾਨਾ ਪੰਜ ਕਰਮ ਦੂਰ ਖਲੋ ਕੇ ਸਖਤ ਪਹਿਰਾ ਦਿੰਦਾ ਤਾਂ ਕਿ ਕੋਈ ਪਸ਼ੂ ਪੰਛੀ ਅਤੇ ਮਨੁੱਖ ਤਿਨ੍ਹਾਂ ਦੀ ਬੰਦਗੀ ਵਿੱਚ ਵਿਘਨ ਨਾ ਪਾਏ। ਔਰ ਜਦ ਬਾਬਾ ਗਾਉਣ ਲੱਗਦਾ ਉਠਾਏ ਕੇ ਰਬਾਬ ਇੰਨਾ ਨਜ਼ਦੀਕ ਆ ਕੇ ਬੈਠਦਾ ਕਿ ਗੋਡੇ ਨਾਲ ਗੋਡਾ ਖਹਿੰਦਾ। ਮੈਂ ਕਹਿੰਦਾ ਹਜ਼ਾਰ ਪੰਨੇ ਨਹੀਂ ਇਸ ਮੁਹੱਬਤ ਦਾ ਜ਼ਿਕਰ ਕਰ ਸਕਦੇ ਇੰਨੀ ਸਾਦਗੀ ਨਾਲ ਜਿੰਨਾ ਸਾਖੀਕਾਰ ਕਰ ਰਿਹਾ। ਪਿਆਰੇ ਬੱਚਿਓ, ਜਿਵੇਂ ਮਹਾਰਾਜ ਦਾ ਫਰਮਾਨ ਹੈ ਨਾ ਕਿ ਮੈਣ ਕੇ ਦੰਤ ਕੇ ਖਾਈਏ ਸਾਰੋ, ਪਿਤਾ ਦੰਦ ਮੋਮ ਦੇ ਲਾਏ ਅਤੇ ਹੁਕਮ ਇਹ ਹੋਇਆ ਕਿ ਇਹਨਾਂ ਮੋਮ ਦੇ ਦੰਦਾਂ ਨਾਲ ਫੌਲਾਦ ਚਬਾ, ਯਤਨ ਕਰਾਂਗਾ, ਕੰਮ ਔਖਾ ਹੈ। ਇਸੇ ਤਰ੍ਹਾਂ ਸਾਖੀਕਾਰ ਕਹਿੰਦਾ ਕਿ ਮੈਂ ਯਤਨ ਕਰ ਰਿਹਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਰੂਪ ਵਰਣਨ ਕਰਨ ਦੇ, ਲੇਕਿਨ ਇਹ ਓਨਾ ਹੀ ਔਖਾ ਕੰਮ ਹੈ ਜਿੰਨਾ ਔਖਾ ਅਕਾਲ ਪੁਰਖ ਦਾ ਸਰੂਪ ਵਰਣਨ ਕਰਨਾ, ਲੇਕਿਨ ਜਿੰਨਾ ਕੁ ਹੋਇਆ, ਜਿੰਨਾ ਕੁ ਮੇਰੇ 'ਚ ਸਮਰੱਥਾ ਹੋਈ ਓਨਾ ਕੁ ਕਰਾਂਗਾ। ਪਿਆਰੇ ਬੱਚਿਓ, ਆਪਾਂ ਨੂੰ ਪੁਰਾਣੇ ਸਾਖੀਕਾਰਾਂ ਨੇ, ਪੁਰਾਣਕਾਰਾਂ ਨੇ ਇੱਕ ਫਾਰਮੂਲਾ ਦੱਸਿਆ ਹੈ। ਜਦੋਂ ਕੋਈ ਇਹ ਕਹਿੰਦਾ ਨਾ ਸਾਖੀਆਂ 'ਚ ਬੜੀਆਂ ਬੇਕਾਰ ਚੀਜ਼ਾਂ ਨੇ, ਪ੍ਰਸੰਗਹੀਣ ਚੀਜ਼ਾਂ ਨੇ ਹੈਗੀਆਂ, ਲੇਕਿਨ ਕੀ ਆਪਾਂ ਨੂੰ ਪਤਾ ਨਹੀਂ ਵੀ ਇਹਦੇ ਵਿੱਚੋਂ ਕੀ ਰੱਖਣਾ, ਕੀ ਛੱਡਣਾ? ਜੇ ਆਪਾਂ ਨੂੰ ਇਹੀ ਪਤਾ ਨਾ ਲੱਗਿਆ ਫਿਰ ਅਸੀਂ ਵਿਦਿਆਰਥੀ ਕਾਹਦੇ ਹੋਏ। ਆਪਾਂ ਨੂੰ ਪੁਰਾਣੇ ਸਾਖੀਕਾਰਾਂ ਨੇ ਇਹ ਦੱਸਿਆ, ਇਹ ਵਾਕ ਨੇ ਜਿਹੜੇ ਤੁਸੀਂ ਧਿਆਨ ਨਾਲ ਸੁਣਨੇ ਨੇ ਅਤੇ ਯਾਦ ਰੱਖਣੇ ਨੇ। ਜਦੋਂ ਤੁਸੀਂ ਪਸ਼ੂਆਂ ਦੀ ਖੁਰਲੀ ਵਿੱਚ ਤੂੜੀ ਸੁੱਟਦੇ ਹੋ ਤਾਂ ਤੂੜੀ ਨਾਲ ਉਸਦੀ ਕਣਕ ਨਹੀਂ ਸੁੱਟਦੇ, ਜਦੋਂ ਤੁਸੀਂ ਕਣਕ ਖਾਂਦੇ ਹੋ ਤਾਂ ਕਣਕ ਨਾਲ ਉਸਦੀ ਤੂੜੀ ਨਹੀਂ ਖਾਂਦੇ। ਇਸ ਇਹਨਾਂ ਲਿਖਤਾਂ ਵਿੱਚ ਦੇਵਤਿਆਂ ਵਾਸਤੇ ਵੀ ਸਮੱਗਰੀ ਹੈ, ਇਹਨਾਂ ਲਿਖਤਾਂ ਵਿੱਚ ਮਨੁੱਖਾਂ ਵਾਸਤੇ ਵੀ ਖਾਣਯੋਗ ਚੀਜ਼ਾਂ ਹਨ, ਇਹਨਾਂ ਲਿਖਤਾਂ ਵਿੱਚ ਪਸ਼ੂਆਂ ਵਾਸਤੇ ਵੀ। ਤੁਸੀਂ ਕੀ ਹੋ ਇਹ ਫੈਸਲਾ ਤੁਸੀਂ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਹਰਪਾਲ ਸਿੰਘ ਜੀ ਪੰਨੂ, ਜਿਨ੍ਹਾਂ ਨੇ ਜਨਮ ਸਾਖੀ ਪਰੰਪਰਾ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਸਾਖੀਆਂ ਦੇ ਰਾਹੀਂ ਗੁਰੂ ਨਾਨਕ ਸਾਹਿਬ ਦੇ ਜੀਵਨ ਵਰਤਾਂਤ ਬਾਰੇ ਸਾਨੂੰ ਵਿਸਥਾਰਤ ਜਾਣਕਾਰੀ ਦਿੱਤੀ ਹੈ। ਇੱਥੇ ਸਭ ਥਾਂ ਨਹੀਂ ਤੁਝ ਜੇ